بسم الله الرحمن الرحيم الحمد لله رب العالمين الرحمن الرحيم ما إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وأجل فرج آل محمد ٹھیک ہے جی صلوات پڑھو باواز بلند اللہم صلی اللہ درود پڑھنا ایک بڑی اہم عبادت مل کے صلوات پڑھو اللہ خوشنودی منتظر زمانہ دی خاطر درود بھیجو اللہم اکھا بند کر کے استقبال روح معصومہ دی خاطر درود بھیجو جڑے موالی بیٹھو حیدر اقرار دے مل کے نام امیر دے گونجو حیدر مہربانی یہاں شریفہ آؤ سب تو پہلے تو میری دعا آئی نے کہ مولا کائنات تن کل دنیا دے دکھاں تکلیفاں تو محفوظ رکھ ساڑی اس نازک دور دیاں مجلساں خلق عالم حقیقی بادشاہ عبادت شمار کرے شغل شمار نہ کرے اس نازک دور دے وچھر شریف دی عزت محفوظ رہ مریہ حسین حسین کریں دے اٹھی ویے علی علی کریں دے دامن پنجاں تے باہران دووے ہتھ ساں گنہیں گاران دا ہووے خدا تعالیٰ مانی مجلس جناب مظہر حسین صاحب دی پوری وچھئی مولا منظور تے مقبول فرماوے انہا لوگاں دے رزق وچ مولا کائنات برکت پاوے انہاں دے خرچ اخراجات نظر نیاز دربار بطول وچ مولا منظور تے مقبول فرماوے انہاں دے جتنے بھی مرحومین ان مولانا نو کروٹ کروٹ جنت نصیب فرماوے مولانا دے صغیرہ کبیرہ گناہ معاف فرماوے مولانا دے کبرہ منور فرماوے تو سا جتنے یہ بیٹھے اس دربارے آلیے چھ مولا توڑا ٹورایا منظور تے مقبول فرماوے مولا درود بھیجو آل محمد ذات اللہم صلی اللہ دیر سارے بیٹھے ہو صلوات سارے ہیں یاد مل کے صلوات پڑھو اللہ صلی اللہ محمد ہے اجازت میں پڑھائی شروع کر رہا ہوں پچھلے اندھا بھی حکم ہے میں تھوڑا جا پڑھ لوں جناب دبھی یاد آ رہے مولا تو سے لوگوں نے آباد و شاد رکھے میرا بیٹا ہے جناب تنویر عباس شیخانہ صاحب جی اس نے حکم دی تعمیل ضروری آئی میں تو ملنگ فقیر سید میری ملنگانہ ذاکری میری ایمان و یقین دی ذاکری سب ذاکر میرے تو اچھے اور بہتر میں ہر دعا گو تیری حیاتی ہوئے تو میں یہ ریکویسٹ کیتی ہے جو میں اگا جانا ہے وقت جناب اپنی ہوئے نہ تے بندے آ دن بھئی نہ دوئے پاسے چلے گئے نہ پیسے ڈھیر لائے ہوئے آئے ہر مجلس سے اپیل کریں رہنا محمد اور اہل بیت محمد دے سمجھن دی کوشش کر کہ محمد اور آل محمد کیا ہے نہ چھوڑ دے بھائی اسا خلقی سے واسطے ہیں انہوں پہچانیے ساڑی وجہ تخلیقی ہو انہوں دس پہچاننا
ਲੇਕਿਨ ਸਾਡੀ ਕੀ ਮਜਾਲ, ਜਿੱਥੇ ਸਾਡੇ ਜ਼ਹਿਨਾਂ ਦੀ ਇੰਤਹਾ ਹੈ ਉੱਥੋਂ ਇਹਨਾਂ ਦੇ ਨੌਕਰਾਂ ਦੀ ਇਬਤਦਾ ਹੈ। ਜਿਹੜੇ ਕਈ ਸਮਝਦਾਰ ਬੰਦੇ ਆਏ ਬੈਠੇ ਹੋ, ਜਿੱਥੇ ਨੌਕਰਾਂ ਦੀ ਇੰਤਹਾ, ਅੱਗੇ ਸੈਕੋਆਂ ਪੰਧਾਂ ਅਤੇ ਉਨ੍ਹਾਂ ਦੀ ਇਬਤਦਾ, ਇਹਨਾਂ ਨੂੰ ਜਾਵਣ ਵਾਲੇ ਨਹੀਂ ਪਹਿਚਾਣ ਸਕੇ, ਇਹਨਾਂ ਨੂੰ ਸਰਦਾਰੇ ਮਲਾਇਕਾ ਜਿਬਰਾਈਲ ਨਹੀਂ ਸਮਝ ਸਕਿਆ। ਜਦੋਂ ਦਰਵਾਜ਼ੇ ਵਾਲੇ ਮੁਹੰਮਦ ਅਤੇ ਜਿਬਰਾਈਲ ਆਉਂਦਾ, ਪਤਾ ਹੀ ਨਾ ਉਸ ਲੱਗਦਾ ਅਲੀ ਕਿਹੜਾ ਹੈ, ਮੁਹੰਮਦ ਕਿਹੜਾ ਹੈ। ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ, ਤੁਹਾਨੂੰ ਗਾਜ਼ੀ ਰੰਗ ਲਾਵੇ। ਜਿਨ੍ਹਾਂ ਨੂੰ ਜਿਬਰਾਈਲ ਨਹੀਂ ਸਮਝ ਸਕਿਆ, ਮੇਰੇ ਮਿਹਰਬਾਨ ਆਓ, ਅੱਜ ਕੱਲ੍ਹ ਦੋ ਟਕੇ ਦਾ ਇਨਸਾਨ ਕੇ ਜਾਣੇ ਮੁਹੰਮਦ ਔਰ ਅਹਿਲ ਬੈਤ ਮੁਹੰਮਦ ਕਿਆ ਹੋਣ। ਕੁਛ ਲੋਕ ਆਖਦੇ ਨੇ ਸਾਡੇ ਜਾਣ, ਖੁਦਾ ਜਾਣਦੇ ਸਾਡੇ ਜਾਏ ਨਹੀਂ, ਅਸਾਂ ਇੰਨਾ ਜਾਏ ਨਿੱਸੇ, ਅਸਾਂ ਇਹਨਾਂ ਦੇ ਨੌਕਰਾਂ ਦੇ ਨੌਕਰਾਂ ਦੇ ਨੌਕਰਾਂ ਜਾਏ ਨਿੱਸੇ, ਜਿਹਨਾਂ ਮੂੰਹ ਜ਼ਬਾਨਾ ਹੋ ਮੈਨੂੰ ਵੱਧ ਨੌਕਰਾਂ ਦੇ ਨੌਕਰਾਂ ਜਾਏ ਨਿੱਸੇ, ਜਵਾਨੋ ਅੱਗੋਂ ਨੌਕਰਾਂ ਦੇ ਨੌਕਰਾਂ ਜਾਏ ਨਿੱਸੇ। ਖੁਦਾ ਜਾਣਦਾ ਇਹਨਾਂ ਦੇ ਨੌਕਰਾਂ ਦਾ ਕਮਾਲ ਇੱਕ ਉਭਰਨ ਨਹੀਂ ਦਿੰਦਾ, ਦੂਆ ਲਾਹਣ ਨਹੀਂ ਦਿੰਦਾ। ਬਾਈ ਕਿਆ ਬਾਤ ਹੈ ਤੁਹਾਡੀ, ਹਾਏ ਦਾਰੀ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ। ਮੇਰੀ ਗੱਲਾਂ ਬੱਚਿਆਂ ਨੂੰ ਯਾਦ ਨੇ, ਤੀਸਰੇ ਬਹਿ ਕੇ ਜੰਨਤ ਵੰਡੀ ਵੰਡੀ ਨਾ, ਸਾਰੇ ਬੋਲੋ, ਸਿਰ ਬਾਹਰ ਹੁੰਦਾ ਜ਼ਬਾਨ ਹੌਲੀ ਹੁੰਦੀ ਏ, ਵੰਡੀ ਨਾ ਇੱਕ ਇਹਨਾਂ ਦੇ ਮਲੰਗਾਂ ਦਾ ਮਲੰਗ, ਫਿਰ ਮਲੰਗਾਂ ਦਾ ਮਲੰਗ, ਜਵਾਨੋ ਅੱਗੋਂ ਮਲੰਗਾਂ ਦਾ ਮਲੰਗ। ਇਹ ਤੁਹਾਡੇ ਘਰ ਦੀ ਗੱਲ ਹੈ, ਮੁਲਤਾਨ ਦੀ ਸ਼ਮਸ ਤਬਰੇਜ਼, ਸ਼ਮਸ ਮਲੰਗ ਹੈ, ਫਕੀਰ ਹੈ, ਦਰਵੇਸ਼ ਹੈ, ਸੈਯਦ ਹੈ, ਤਾਰੀਖ ਹੈ। ਸ਼ਮਸ ਪੜ੍ਹ ਕੇ ਵੇਖੋ, ਖਾਣ ਲਈ ਬੋਟੀ ਬਣਾਉਣੀ ਆਈ, ਦਰ ਬਦਰ ਗਿਆ ਜਾ ਕੇ ਅੱਗ ਦਾ ਸਵਾਲ ਕੀਤਾ, ਸੈਯਦ ਫਕੀਰ ਸਮਝ ਕੇ ਕਿਸੇ ਅੱਗ ਹੀ ਨਾ ਦਿੱਤੀ, ਮਾਚਸਾਂ ਦਾ ਜ਼ਮਾਨਾ ਨਾ ਆਈ, ਸਾਵੇ ਕੱਪੜੇ ਵਾਲਿਆ ਮਾਚਸਾਂ ਦਾ ਜ਼ਮਾਨਾ ਨਾ ਆਈ। ਜਦੋਂ ਅੱਗ ਨਾ ਮਿਲੀ, ਫਕੀਰ ਜਲਾਲ ਚ ਆਇਆ, ਸੈਯਦ ਨੇ ਆਪਣੀ ਪਾਵਰ ਇਸਤੇਮਾਲ ਕੀਤੀ, ਸੂਰਜ ਦਾ ਚਿੱਟਾ ਗਿਆ, ਤੂੰ ਸ਼ਮਸੇ ਮੈਂ ਸ਼ਮਸੇ ਆਲੀ ਹਾਂ, ਹੋਏ ਕਿਹਦੇ ਟੁਰ ਗਵਾਲੀ ਵਾਲੇ ਹਲਾਲੀ, ਹਾਏ ਦਾਰੀ ਤੇਰਾ ਮੂੰਹ ਪੱਕਦਾ ਪਿਆ ਅਲੀ ਦਾ ਨਾਂ ਲਿਆ, ਹਾਏ ਦਾਰੀ ਬਾਈ ਕਿਆ ਬਾਤ ਹੈ, ਤੁਹਾਨੂੰ ਗਾਜ਼ੀ ਰੰਗ ਲਾ, ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ, ਸੂਰਜ ਲੱਥਾ ਬੋਟੀ ਇਤਨਾ ਤੂੰ ਹੋਰ ਜੀਵੇਂ ਤੈਨੂੰ ਤਾਂ ਸ਼ਾਲ ਕੁਝ ਨਾ ਹੋਵੇ। ਸੂਰਜ ਲੱਥਾ ਬੋਟੀ ਬੁੰਨੀ, ਸ਼ਮਸ ਤੇ ਕਿਸੇ ਬੰਦੇ ਸਵਾਲ ਕੀਤਾ, ਤੇਰਾ ਅਮਲ ਕਿਆ ਹੈ, ਵਿਰਦ ਕਿਆ ਹੈ, ਵਜ਼ੀਫਾ ਕਿਆ ਹੈ। ਫਰਮਾਇਆ ਮੇਰਾ ਸੁਬਹ ਸ਼ਾਮ ਦਾ ਵਿਰਦ ਹੈ, ਮੈਂ ਕਿਹੜੇ ਨਾਂ ਅਲੀ ਅਲੀ। ਹੁਣ ਮੈਨੂੰ ਸੋਚ ਕੇ ਦੱਸੋ, ਜਿਸ ਦੇ ਨਾਮ ਵਿੱਚ ਇਤਨੀ ਤਾਕਤ ਹੈ, ਇੱਕ ਮਲੰਗ ਨਾਮ ਜਪਿੰਦਾ ਸੂਰਜ ਲੈ ਆਉਂਦਾ, ਅੱਲਾ ਜਾਣੇ ਉਸ ਆਪਣੇ 'ਚ ਕਿਤਨੀ ਤਾਕਤ ਹੋ ਸੀ। ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ। ਸਰਕਾਰ ਜਤੀ ਲਾਲ ਸ਼ੋਬਾਜ਼ ਕਾਲਾਂਦਾਰ ਮਾਲੀ, ਬਈ ਕਿਆ ਬਾਤ ਹੈ ਤੁਹਾਡੀ, ਤੁਹਾਨੂੰ ਮੌਲਾ ਰੰਗ ਲਾਵੇ। ਬੰਦਾ ਫਕੀਰਾਂ ਗੱਲਾਂ ਫਕੀਰਾਂ ਦੀਆਂ ਕਰੇ ਨਾ, ਕਹਿਣ ਚੰਗੀਆਂ ਲੱਗਣ ਤੇ ਭਾਵੇਂ ਮੁੱਢੋਂ ਨਾ ਲੱਗਿਆ, ਮੈਂ ਤਾਂ ਕਰਨੀਆਂ ਕਰਨੀਆਂ ਜਬ ਤੱਕ ਦਮ ਵਿੱਚ ਦਮ ਹੈ। ਕਲੰਦਰ ਸਿਰ ਮਲੰਗ ਨਹੀਂ, ਕਲੰਦਰ ਮੁਜਤਹਿਦ ਆਜ਼ਮ ਹੈ, ਕਲੰਦਰ ਨੁਮਾਇੰਦਾ ਇਮਾਮ ਹੈ। ਕਲੰਦਰ ਤੋਂ ਸਵਾਲ ਹੋਇਆ, ਤੈਨੂੰ ਕਲੰਦਰੀ ਕਿਵੇਂ ਮਿਲੀ ਹੈ, ਤੂੰ ਕਲੰਦਰ ਬਣਿਆ ਕਿਵੇਂ, ਤੇਰੇ ਸਰ 'ਤੇ ਤਮਾਮ ਫੁਕਰਾ ਦੀ ਦਸਤਾਰ ਹੈ, ਪੈਕ ਗਏ। ਕਲੰਦਰ ਫਰਮਾਇੰਦਾ, ਜਦੋਂ ਅਲੀ ਦੀ ਗਲੀ ਦਾ ਕੁੱਤਾ ਸਦਾਇਆ, ਮੈਨੂੰ ਕਲੰਦਰੀ ਲੱਭ ਗਈ ਹੈ, ਤੁਹਾਡੀ ਹਯਾਦਾਰੀ ਬਹੁ ਜੀਓ। ਹੁਣ ਤੁਹਾਡਾ ਮੂਡ ਹੋਵੇ ਤਾਂ ਇੱਕ ਦੋ ਸ਼ੇਰ ਕਸੀਦੇ ਦੇ ਪੜਾਂਗੇ, ਉੱਤੋਂ ਦੋ ਜੁਮਲੇ ਮਸਾਹਿਬ ਦੇ, ਅੱਲਾ ਇਹਨਾਂ ਨੂੰ ਬੜੇ ਰੰਗ ਲਾਵੇ, ਮੇਰੇ ਤੇ ਕੋਈ ਕਰੋਨਾ ਦਰਜੇ ਚੰਗੇ ਪੜਾਣ ਵਾਲੇ। ਅੱਛਾ ਤੇਰੀਆਂ ਯਾਤੀਆਂ, ਤੂੰ ਤਾਂ ਨੇੜੇ ਨੇੜੇ ਵਧ ਰਹੇ ਆ,
ਅੱਲਾ ਯਾਤੀ ਕਰੀ। ਚਲੋ ਜੀ ਉਹ ਕਸੀਦਾ ਸੁਣਾ ਦੇਣਾ, ਬਾਨੀ ਦਾ ਹੁਕਮ ਹੈ ਜੀ, ਬਾਨੀ ਦੀ ਮੰਨਣੀ ਵਾਜਿਬ ਹੈ। ਇਮਾਮ ਹੁਸੈਨ ਰੰਗ ਲੈਣੇ, ਮੌਲਾ ਤੁਹਾਨੂੰ ਬੜੇ ਬਖਤ ਲਾਵੇ, ਮੌਲਾ ਤੁਹਾਨੂੰ ਹੋਰ ਰਿਜ਼ ਜ਼ਿਆਦਾ ਅਤਾ ਫਰਮਾਵੇ। ਰਿਜ਼ਕੂ ਉਹ ਚੰਗਾ ਜਿਹੜਾ ਹੁਸੈਨ ਦੇ ਲੱਗੇ। ਬੰਦੇ ਤਾਂ ਕੁੱਤਿਆਂ ਤੇ ਲਾ ਛੁੜੇ, ਤੁਹਾਡੀ ਵਾਰੀ ਹੱਥੀ ਹੋਵੇ, ਬੜੇ ਸਮਝਦਾਰ ਬੰਦੇ ਬੈਠੇ ਹੋ। ਜ਼ੋਰਾ ਤਾਰੇ ਦਾ ਇੰਤਖਾਬ ਹੋਇਆ ਜੀ, ਜੋ ਇਸ ਹੁਕਮ ਦਿੱਤਾ ਹੈ, ਤੋਂ ਅਲੀ ਦੀ ਸ਼ਾਦੀ ਦਾ ਕੰਮੀ ਬਣ ਕੇ ਜਾਣਾ ਹੈ। ਚਲਾ ਗਿਆ ਜ਼ੋਹਰਾ, ਅਲੀ ਦੀ ਸ਼ਾਦੀ ਦਾ ਕੰਮੀ, ਅਲੀ ਦਾ ਨਹੀਂ ਜਵਾਨਾ, ਅਲੀ ਦੀ ਸ਼ਾਦੀ ਦਾ ਕੰਮੀ ਬਣ ਕੇ ਚਲਾ ਗਿਆ। ਸ਼ਾਦੀ ਅਲੀ ਦੀ ਹੋ ਗਈ, ਜ਼ੋਹਰਾ ਵਾਪਿਸ ਆ ਗਿਆ। ਸੂਰਜ ਉਠਾ ਗਏ, ਉਸ ਅਖੇ ਆ ਗਿਆ ਅਲੀ ਦੀ ਸ਼ਾਦੀ ਦਾ ਹਾਲ। ਉਸ ਅਖੇ ਮੀਰ ਉਲ ਮੋਮਿਨੀਨ ਲੰਗਰ ਆਸਮਾਨੋ ਜ਼ਮੀਨ ਦੀ ਸ਼ਾਦੀ, ਤੇਰੀ ਹਯਾਤੀ ਬਛੜਾ ਤੇ ਮੈਂ ਛੋਟੇ ਜਿਹੇ ਤਾਰਾ ਕੇ ਬਿਆਨ ਕਰੋ ਸਕੇ ਤੇ ਸ਼ਾਦੀ ਡਿੱਠੀ ਕਹਿ ਨਹੀਂ ਹੋ ਸਕੇ, ਬੜੀ ਡਿੱਠੀ ਹੈ, ਮੈਂ ਦੱਸਦਾ ਕਿਉਂ ਨਹੀਂ ਹੋ ਸਕੇ। ਸੱਚੀ ਪੁੱਛਿਆ ਅਲੀ ਦੀ ਇਤਨੀ ਵਸੀ ਸ਼ਾਦੀ ਆਈ ਮੇਰੀ ਸਮਝ ਚ ਆਈ ਨਹੀਂ। ਕਿਆ ਬਾਤ ਹੈ, ਜ਼ਿੰਦਾਬਾਦ। ਉਸ ਆਖਿਆ ਕਈ ਗੱਲ ਤਾਂ ਤੈਨੂੰ ਯਾਦ ਹੋ ਸੀ ਸਹੀ। ਉਸ ਆਖਿਆ ਸੱਚੀ ਪੁੱਛੋ, ਮੈਨੂੰ ਇੱਕਦਮ ਮੋਟੀਆਂ ਮੋਟੀਆਂ ਗੱਲਾਂ ਯਾਦ ਨੇ, ਸਾਰੇ ਇਕੱਠੇ ਹੋ ਜਾਓ ਜੋ ਮੈਨੂੰ ਇੱਕ ਇੱਕ ਨੂੰ ਨਾ ਦੱਸਣੀ ਪਵੇ। ਸੂਰਜ ਨੇ ਸਤਾਰਿਆਂ ਨੂੰ ਐਲਾਨ ਕੀਤਾ, ਜਾਓ ਜ਼ੋਹਰਾ ਆ ਗਿਆ, ਅਲੀ ਦੀ ਸ਼ਾਦੀ ਦਾ ਹਾਲ ਪੁੱਛੀ। ਉਹ ਜਨਾਬ ਸਾਰੇ ਸਤਾਰੇ ਇਕੱਠੇ ਹੋ ਗਏ, ਅੱਧੇ ਜ਼ੋਹਰਾ ਤੇ ਦੂ ਅੱਧ ਦੂਏ, ਉਹ ਸੁੱਥੇ ਦੱਸੀਆਂ ਤੇ ਮੈਂ ਇੱਥੇ ਪਿਆ ਦੱਸਿਆ ਨਾ। ਹਾਂਜੀ, ਮਿਲ ਕੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਅਲਹਮਾ ਸੀ। ਦਰੂਦ ਇੱਕ ਐਸੀ ਇਬਾਦਤ ਹੈ ਜਿਸ ਖੁਦ ਖੁਦਾ ਸ਼ਰੀਕ, ਮਿਲ ਕੇ ਸਲਵਾਤ ਪੜੋ, ਮਿਲ ਕੇ ਅੱਲਾ। ਕਿਹੜਾ ਵੱਡਾ ਨਾਰਾ ਮਾਰੋ ਜਿਵੇਂ ਅਲੀ ਅਲੀ ਹੈ ਹੈਦਰੇ, ਫਿਰ ਵੀ ਦਰੂਦ ਯਾ ਅਲੀ ਤੇਰੀ ਹਯਾਤੀ ਹੋਵੇ, ਮੌਲਾ ਚੋਣ ਬੜੇ ਰੰਗ ਲਾਵੇ, ਫਿਰ ਵੀ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਤੇ ਅਲਹੁਮਾ ਸਲਾਮ। ਹੈ ਸ਼ਾਦੀ ਅਲੀ ਦੇ ਇਦਲਿਆਂ ਦੇ ਬੋਲਣ ਦਾ ਮੁਕਾਬਲਾ, ਅਲੇ ਦੇ ਸ਼ਾਦੇ ਅਲੇ ਦੇ ਧੋਤੀ ਵਾਲੇ ਆਈ ਸ਼ਾਦੀ ਅਲੀ ਦੀ ਸ਼ਾਦੇ ਅਲੇ ਦੇ ਸ਼ਾਦੇ ਸਿਖਾਣਾ ਸਾਹਿਬ ਸ਼ਾਦੇ ਚੰਗੇ ਪੋਤਰ ਪਿਓਵਾਂ ਦਾ ਨਾਜ਼ ਆਉਂਦੇ ਨਾ ਅਲੇ ਦੇ ਸ਼ਾਦੇ ਅਲੇ ਦੇ ਸ਼ਾਦੇ ਅਲੇ ਸ਼ਾਦੇ ਅਲੇ ਦੇ ਸਾ ਪੰਜ ਸਾਤ ਢਿੱਲੇ ਬੈਠੇ ਹੋ ਅਲੇ ਦੇ ਸ਼ਾਦੇ ਅਲੇ ਤੂੰ ਨਾ ਬੋਲਿਓ ਮੇਰੇ ਨਾਲ, ਮੈਂ ਤੇ ਰਾਤੀ ਖਾਬ ਵਿੱਚ ਮਿਲਸਾ ਸ਼ਾਦੇ ਅਲੇ ਦੇ ਸ਼ਾਦੇ ਅਲੇ ਦੇ ਸ਼ਾਦੇ ਅਲੇ ਦੇ ਸ਼ਾਦੀ ਚੋ ਪਰਵੇ ਭੁੱਖਾ ਰਹਿ ਵੈਂਦਾ ਹੈ, ਸ਼ਾਦੀ ਕਸੀ ਮੁਰ ਰਿਜ਼ਕ ਦੀ ਸ਼ਾਦੇ ਅਲੇ ਦੇ ਮੁਹਰਮ ਪੜੀ ਖਾਣਾ ਉਦੋਂ ਨੌਲ ਹੋਇਆ ਸ਼ਾਦੇ ਅਲੇ ਦੇ ਜ਼ੋਹਰਾਂ ਨੂੰ ਖੁਮਾਰੇ ਅਲੀ ਦੀ ਸ਼ਾਦੀ ਦਾ ਅਲੇ ਦੇ ਸ਼ਾਦੇ ਅਲੇ ਦੇ ਸ਼ਾਦੇ ਇੱਧਰ ਵੇਖ ਸ਼ਾਦੇ ਤੁਹਾਕੂ ਕਿਆ ਦਸਾਂ ਸਾਇਦਾਂ ਦਾ ਖੁਸ਼ੀਆਂ ਮੈਂ ਕਿਆ ਸੁਣਾ ਸ਼ਾਦੇ ਜ਼ਿੰਦਾਬਾਦ ਜ਼ਿੰਦਾਬਾਦ ਸ਼ਾਦੇ ਅਲੇ ਦਾ
میرے مرشد دیاں تانوں غازی رنگ لاوے یا علی تہاڈیاں زندگیاں تسا حق ادا کر دیتا ہے میرے پہلے بچہ پڑھدا پیا امام حسین انہوں بڑے رنگ لاوے بہت اچھا پڑھ رہا آئی تہاڈیاں حیاتیاں زورا تے سیندا پیا ہے علی دی شادی تے کے آئی کون کون آئی زورا ویکھ کے گیا دیا دے بنری تے بنرو مہربانی جناب جیو یا علی تڑیاں حیاتیاں زور وے گگیا دیا دے بنرے کیا ہے ادا ہر مرشد دتیا رج کے دعا شادی زندہ باد زندہ باد شاد علیحدہ ਤੁਹਾਡੀਆਂ ਹਯਾਤੀਆਂ ਤੁਹਾਨੂੰ ਮੌਲਾ ਵੱਡੇ ਰੰਗ ਲਾਵੇ ਤੁਹਾਡਾ ਹੁਕਮ ਮੰਨਿਆ ਤਾਂ ਕਸੀਦਾ ਪੜਦਾ ਪਿਆ ਲੈ ਲਓ ਵਾਸੀ ਘਰ ਦੀ ਗੱਲ ਏ ਤੁਸਾਂ ਨਿਮਾਸ਼ਾ ਸਾਈ ਸਾਰੇ ਉੱਠ ਗਿਆ ਕੋ ਵਾਹ 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 ਤੁਹਾਡੀ ਵਾਹ ਵਾਹ ਥੋੜੀ ਮੇਰਾ ਸ਼ੇਰ ਵੱਡਾ ਚੰਡ ਚੰਨ ਛੋਰਾ ਚੰਨ ਅਦੇ ਦੌਰ ਦਾ ਸੈਲੀ ਦਸੇਰਾ ਕਿਉ ਜੀ ਆਈ ਅਲੀ ਦਾ ਸਿਹਰਾ ਜ਼ੋਰ ਦੱਸੇ ਦਾ ਪੀਏ ਜ਼ੋਰ ਵੇਖ ਗਿਆ ਦਇਆ ਦਹੇ ਸਹਰੇ ਅਲੀ ਵਿੱਚ ਹਲਦਾ ਲੜੀਆ کیا بات مہربانی جناب شخانا صاحب تیری حیاتی تانوں غازی رنگ لاوے زور وے گگیا دیا دے دگان مک دے مقام آیو سے بھی لنگیا تل کا شادی
علیحدہ شادے. کیا بات ہے ਤੁਹਾਡੀਆਂ ਜ਼ਿੰਦਗੀਆਂ ਸਾਲ ਹੋ ਗਏ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ. ਹੁਣ ਕਾਸਿਬ ਯਾਸਿਦ ਨਾ ਬਣਾ, ਤਨਵੀਰ ਹੁਸੈਨ ਸਾਹਿਬ ਨੂੰ ਟਾਈਮ ਦੇਵਾਂ. ਜਿਹੜੇ ਰੋਣ ਆਏ ਹੋ ਕਿ ਆਪਣੇ ਵਤਨ 'ਤੇ ਬਹਿ ਕੇ ਬੇਵਤਨਾਂ ਨੂੰ ਰੋ ਆਵਾਂ. ਚਿੱਟੀ ਦਾੜੀ ਵਾਲੇ ਹਰ ਰੱਖ ਹੁਸੈਨ ਨੂੰ ਨਹੀਂ ਰੋ ਸਕਦੀ. ਹਜਾਲੀ ਅੱਖਰ ਹੁੰਦੀ ਹੈ ਬੇਹਜਾ ਅੱਖ ਨੂੰ, ਕਿਵੇਂ ਪਤਾ ਜੋ ਅਲੀ ਦੀ ਦੇਹ ਕਿਵੇਂ ਲੁਟੀਂਦੀ ਰਹੀ ਹੈ. ਹਾਏ ਕਰ ਛੁੜਿਆ ਸਾਰੇ, ਹਾਏ ਤੇ ਕੁਝ ਨਹੀਂ ਲੱਗਦਾ. ਅੱਲਾ ਯਾਤੀ ਕਰੇ ਮਜ਼ਰ ਦੀ ਛੋੜ ਨਹੀਂ ਸਕੀਂਦਾ. ਜਿਸ ਕੋਲ ਮੈਂ ਪਹੁੰਚ ਗਿਆ, ਸਫ਼ਰ ਮੇਰਾ ਲੰਬਾ, ਫਿਰ ਪਹਿਲੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆਈ, ਬੇਟਾ ਬੈਠ ਜਾ, ਅੱਲਾ ਯਾਤੀ ਕਰੀ, ਮਾਂ ਪਿਓ ਨੂੰ ਨਸੀਬ ਹੋਵੇ, ਭੈਣਾਂ ਭਰਾਵਾਂ ਨੂੰ ਨਸੀਬ ਹੋਵੇ. ਕਿਸਮਤ ਹੁਸੈਨ ਦੇ 4 ਸਾਲ ਦੇ ਧੀ ਦੀ ਸ਼ਾਬਾਸ਼, ਬੜੀ ਮਨਜ਼ੂਰੀ ਵਾਲੀ ਮਜਲਿਸ ਹੈ. ਮੌਲਾ ਇਹਨਾਂ ਬਾਣੀਆਂ ਨੂੰ ਬੜੇ ਰੰਗ ਲਾਵੇ. ਮੈਂ ਗਰੀਬ ਸਿੱਖ ਦੀ ਦੁਆ ਨੇ ਤੁਹਾਡੀ ਹੰਝੂ ਬਤੂਲ ਦੀ ਵਾਰਗਾਹ 'ਚ ਮਨਜ਼ੂਰ. ਮੌਲਾ ਤੁਹਾਨੂੰ ਕੋਈ ਦੁੱਖ ਤਕਲੀਫ ਨਾ ਦੇਵੇ, ਮੁਸਾਫਰ ਹੈ ਸ਼ਾਮ ਦਾ ਸਦ ਮਜਲਿਸ ਹੈ. ਤਾਂ ਮੌਸੀ ਵਸਦੇ ਘਰਾਂ 'ਚ ਵੈਸੋ, ਘਰਾਂ ਦੇ ਦਰਵਾਜ਼ੇ ਵੰਝ ਖੁੱਲ੍ਹੇ ਸੋ, ਸ਼ਾਲਾ ਸਦਾ ਵਸਦੇ ਰਾਸੋ. ਜਦ ਮੈਂ ਟੁਣਾ ਗਰੀਬਾਂ ਦਾ ਜ਼ਿਕਰ ਸੁਣ ਲਿਓ, ਜਿਨ੍ਹਾਂ ਦੇ ਜਿੰਦਰੇ ਲੱਗੇ ਅਤੇ ਚਾਬੀਆਂ ਨਾ ਲਧੀਆਂ, ਸਾਰੇ ਹਾਏ ਕਰਿਆ. ਬਾ ਫਕਤ 2 ਜੁਮਲੇ ਮੈਂ ਸਾਹਿਬ ਦੇ, ਮੈਂ ਅਲਾਮਾ ਹੁਸੈਨ ਬਖਸ਼ ਜਾੜੇ ਮਰਹੂਮ ਦੇ ਮੂੰਹ ਸੁਣਿਆ ਜੀ. ਉਹ ਮਰਹੂਮ ਫਰਮਾਇੰਦੇ ਨੇ, ਦੁਆ ਮੰਗੀ ਕਰੋ ਉਸ ਘਰ ਨੂੰ ਅੱਗ ਨਾ ਲੱਗੇ. ਹਾਏ ਤਾਂ ਘਰ ਛੋੜ, ਜਿੱਥੇ ਬੁਝਾਵਣ ਵਾਲਾ ਕੋਈ ਨਾ ਹੋਵੇ. ਸ਼ਾਬਾਸ, ਤੇਰੀ ਹਯਾਤੀ ਹੋਵੇ, ਤੇਰੀਆਂ ਕੂਕਾਂ ਮਨਜ਼ੂਰ ਹੋਵੇ. ਉਮਰ ਹੋਮ ਫਰਮਾਇੰਦੇ ਨੇ, ਉਸ ਘਰ ਹੀ ਡਾਕੂ ਨਾ ਆਵੇਨ, ਜਿੱਥੇ ਛੁੜਾਵਣ ਵਾਲਾ ਕੋਈ ਨਾ ਹੋਵੇ. ਉਹ ਜਵਾਨਾ, ਇਹਨਾਂ ਜਵਾਨਾਂ ਤੂੰ ਡਰਦਾ ਪਿਆ, ਬਰਦਾਸ਼ਤ ਕਿਵੇਂ ਕਰੇ ਸਨ? ਸ਼ਾਮੇ ਗਰੀਬਾਂ ਦੀ ਰਾਤ ਮੁਸਲਮਾਨਾਂ ਸਾਦਾਤ ਨੂੰ ਲੁੱਟਿਆ, ਹੈ ਤਾਂ ਘਰ ਛੋੜੋ. ਹਯਾਤੀ ਹੋਵੀ ਅੱਗ ਹੀ ਲਾਈ ਦੇ. ਜ਼ਾਕਿਰ ਮੌਲਵੀ ਆਦੇ ਨੇ ਖੇਮਾ ਜਲਦਾ ਹੀ, ਮਸਤੂਨਾ ਦੂਸਰੀ ਦਾਖਲ ਹੋ ਜਾਂਦੀਆਂ, ਦੂਸਰਾ ਜਲਦਾ ਹੀ ਤੀਸਰੇ ਦਾਖਲ ਹੋ ਜਾਂਦੀਆਂ. ਅਲਾਮਾ ਸਾਹਿਬ ਫਰਮਾਇੰਦੇ ਗਲਤ, ਇੰਨਾ ਬੇਗੈਰ ਤਾਂ ਚਵਾਂ ਪਾਸਿਓਂ ਅੱਗ ਲਾਈਏ. ਹਾਲ ਹੈ ਅੱਲਾ, ਸ਼ਾਬਾਸ਼ ਮੇਰਾ ਬੇਟਾ, ਦਰਦ ਛਾਈ ਕੀਤੀ ਹੈ ਅਤੇ ਇੰਨਾ ਇੰਝ ਅੱਗ ਲਾਈਏ ਜਿਵੇਂ ਸ਼ਿਕਾਰੀ ਜੰਗਲ ਨੂੰ ਲੈਂਦਾ ਹੈ. ਜਵਾਨੋ ਬੁੱਢਿਓ ਬੱਚਿਓ, ਸਹੀ ਤਾਰੀਖ ਹਮੀਦ ਬਿਨ ਮੁਸਲਿਮ ਰਿਵਾਇਤ ਕਰਦਾ ਹੈ, ਜਦੋਂ ਸਾਦਾਤ ਦੇ ਖਿਆਮ ਨੂੰ ਅੱਗ ਲੱਗੀ ਹੈ ਨਾ, ਇੰਨਾ ਥੋੜ੍ਹੇ ਜਿਹੇ ਖੈਮੇ ਦੇ ਕੋਲੋਂ ਮੇਰਾ ਗੁਜ਼ਰ ਹੋਇਆ ਹੈ. ਹਮੀਦਾ ਤਾਂ ਮੈਂ ਦੂਰੋਂ ਡਿੱਠਾ, ਇੱਕ ਮਸਤੂਰ ਹੈ ਜਿਸ ਦੇ ਦਾਮਨ ਨੂੰ ਸੇਖ ਹੈ. ਕਿਆ ਬਾਤ ਹੈ ਯਾਰ ਤੁਹਾਡੀ, ਇਹ ਬੀਬੀ ਖੈਮਿਆਂ ਦੇ ਰਵੈਂਦੀ ਹੈ, ਹਟਦੀ ਹੈ, ਵੱਤ ਵੈਂਦੀ ਹੈ, ਵੱਤ ਹਟਦੀ ਹੈ. ਹਮੀਦਾ ਤਾਂ ਮੈਨੂੰ ਮਹਿਸੂਸ ਹੋਇਆ ਇਸ ਮਸਤੂਰ ਦੀ ਕਿ ਕੀਮਤੀ ਚੀਜ਼ ਅੰਦਰ ਰਹਿ ਗਈ ਹੈ. ਬੇਟਾ ਹਾਇਕ ਰਿਹਾ ਹੈ, ਇਹਨੂੰ ਅੱਗ ਅੰਦਰ ਨਹੀਂ ਵੰਜਣ ਦਿੰਦੀ. ਫਿਰ ਅਦਾ ਹੈ, ਉਹ ਮਸਤੂਰ ਹੈ, ਮੈਂ ਮਰਦ ਹਾਂ, ਮੈਂ ਇਸ ਦੀ ਮਦਦ ਕਰਾਂ. ਜਵਾਨਾ ਹਮੀਦ ਅਕਰ ਮਾਰੀ ਬੀਬੀ ਆਖੇ ਤਾਂ ਮੈਂ ਤੇਰੀ ਮਦਦ ਕਰਾਂ. ਜਿੱਦਾਂ ਹਮੀਦ ਆਖੇ ਨਾ, ਆਖੇ ਤਾਂ ਮੈਂ ਤੇਰੀ ਮਦਦ ਕਰਾਂ. ਅੱਲਾ ਜਾਣਦਾ ਮਸਤੂਰ ਹਮੀਦ ਦਰ ਕੰਢ ਚ ਕੀਤੀ ਹੈ. ਰੋ ਕੇ ਆਦੀ, ਮੈਂ ਇੱਧਰ ਵੇਖਿਆ ਹੀ ਨਹੀਂ, ਮੈਂ ਆਜ਼ਾਦ ਦੀ ਸਹੀ ਆਜ਼ਾਦੀ ਆ. ਸ਼ਾਬਾਸ਼, ਹਮ ਤੇ ਮਾਤਮ ਕਰਨ ਵਾਲਾ ਜ਼ਿੰਦਗੀ ਹੋਵੀ, ਮੈਂ ਆਜ਼ਾਦ ਦੀ. ਕਿਆ ਬਾਤ ਹੈ ਤੁਹਾਡੀ, ਸਹੀ ਆਜ਼ਾਦੀ ਆ. ਹਮੀਦਾ ਦਾ ਕਿਆ ਇਸਤਕਲਾਲ ਹੈ ਇਸ ਮਸਤੂਰ ਦਾ, ਕਿਆ ਹੌਸਲਾ ਹੈ, ਹੈ ਵੀ ਬੇਬਸ ਹਾਲ ਹੋਏ. ਅੱਲਾ ਹਮੀਦਾ ਦਾ ਵੇਖਿਆ ਬੀਬੀ ਕਰਦੀ ਕੇ, ਹਮੀਦਾ ਦਾ ਮੈਂ ਵੇਖਦਾ ਰਿਹਾ ਬੀਬੀ ਨਾ ਦੇ ਅਲੀ ਭਰ ਕੇ ਬਲਦੀ ਹੋਈ ਅੱਗ ਦਾਖਲ ਹੋਈਏ. ਹਮੀਦਾ ਦਾ ਮੈਂ ਦੂਰ ਵੇਖਦਾ ਰਿਹਾ, ਮੈਂ ਡਿੱਠਾ ਵੰਗ ਕੇ ਮਿੱਟੀ ਤੇ ਬਹਿ ਗਈ ਹੈ. ਮੁਸ਼ਕਿਲ ਦੇ ਨਾਲ ਕਾਇਸ਼ਾ ਕੰਢ ਤੇ ਚਾਈ. ਹਮੀਦਾ ਦਾ ਮੈਂ ਡਿੱਠਾ ਸੱਜਾਦ ਨੂੰ ਕੰਢ ਤੇ ਚਾਹ ਕੇ ਬਾਹਰ ਆਉਂਦਾ, ਇਹ ਮਿੱਟੀ ਤੇ ਲਿਟਾਇਆ ਮਖਤਲ ਦਰਬਾਈ ਵਧਾ ਕੇ ਆਦੀ ਹੁਸੈਨ
ਤੂੰ ਅਕਬਰ ਚ ਆਇਆ ਮੈਂ ਸਜਾਦ ਚ ਆਈ ਵਧੀ। ਵਾਹ ਬਾਈ ਵਾਹ, ਤੁਸੀਂ ਤਾਂ ਜੋੜ ਆਇਓ, ਤੁਹਾਡੀ ਹਯਾਤੀ ਨੌਕਰਾਂ ਨੌਕਰਾਂ ਤੁਹਾਡੀਆਂ ਜ਼ਿੰਦਗੀਆਂ ਖਤਮ ਹੋ ਗਈ। ਪੜ੍ਹਾਈ ਸਜਾਦ ਨੂੰ ਲਿਟਾਇਸ, ਹਕਲ ਮਾਰੀ ਸਮਫਿਜ਼ਾ, ਬਿਸਮਿਲ੍ਲਾ ਦੇ ਖਤਮ ਦਾ ਸਵਾਬ ਹੋਵੇ। ਬਜ਼ੁਰਗ ਜ਼ਾਕਿਰ ਐਨ ਜਨਾਬ ਅਹਿਮਦ ਬਖਸ਼ ਭੱਟੀ ਸਾਹਿਬ, ਉਹ ਫਰਮਾਉਂਦੇ ਐਨ ਕਰਬਲਾ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਮਦੀਨੇ ਤਾਈਂ। ਜਦੋਂ ਅਲੀ ਦੀ ਧੀ ਆਖਿਆ ਨਾ ਅੰਮਾ ਫਿਜ਼ਾ, ਫਿਜ਼ਾ ਬਾਈ ਵਧਾ ਕੇ ਆਦੀ ਇਨਸ਼ਾਅੱਲਾ ਮਰ ਵੈਨੇ ਆ ਫਿਜ਼ਾ, ਤੁਹਾਡੇ ਦੁੱਖ ਨਾ ਵੇਖਾ, ਤੁਹਾਡੀਆਂ ਤਕਲੀਫਾਂ ਨਾ ਵੇਖਾ। ਅੰਮਾ ਜੀ ਅਲੀ ਦੀ ਧੀ ਅੰਮਾ ਰਾਤ ਲਹਿ ਪਈਏ, ਬੱਚੇ ਲੁੱਟ ਦੇ ਡਰੇ ਹੋਏ, ਅੰਮਾ ਪਾਰਾ ਕੌਣ ਦੇਵੇ ਜਿਹੜੇ ਜਵਾਨ ਆਏ ਬੈਠੇ ਹੋ। ਫਿਜ਼ਾ ਦੀ ਮੈਂ ਨੌਕੇਰਾ ਮੈਂ ਤਾਈਆ ਪਾਰਾ ਮੈਂ ਦੇਸੋ, ਆਲੀਆ ਦੀ ਆਵਾਜ਼ ਨਹੀਂ ਅੰਮਾ ਫਿਜ਼ਾ ਪਾਰਾ ਉਹ ਦੇਵੇ ਜਿਸ ਦਾ ਆਵਾਜ਼ ਅੱਬਾਸ ਤੇ ਆਵਾਜ਼ ਨਾਲ ਰਲਦਾ ਹੋਵੇ, ਜਿਹੜੇ ਜਵਾਨ ਬੈਠੇ ਹੋ ਗਾਜ਼ੀ ਦੇ ਮੁਰੀਦ ਤੁਹਾਡੀ ਹਯਾਤੀ ਹੋਏ ਨੌਕਰਾ। ਮੇਰੇ ਵਾਲਿਦ ਸਾਹਿਬ ਫਰਮਾਉਂਦੇ ਨੇ ਅੱਬਾਸ ਦਾ ਨਾਮ ਆਇਆ ਹੈ, ਅੱਬਾਸ ਦੀ ਭੈਣ ਰੁਕਈ ਅੱਗਾਂ ਤੇ ਵਧੀ ਹੈ, ਹਾਏ ਆਦੀਆਂ ਮੈਂ ਨੌਕਰ ਦੀ ਭੈਣ ਆ ਪਰ ਮੈਂ ਦੇਸਾ ਹਯਾਤੀ ਹੁਣੇ। ਆਲੀਆ ਦੀ ਆਵਾਜ਼ ਇਹ ਨਹੀਂ ਰੁਕਈਆ ਬਹਿਣ ਤੋਂ ਪਾਰਾ ਨਹੀਂ ਦੇਵਣਾ, ਅੰਮਾ ਫਿਜ਼ਾ ਤੂੰ ਹੀ ਨਹੀਂ ਦੇਵਣਾ, ਅੰਮਾ ਮੈਨੂੰ ਕਦੀ ਬੁਲੇਂਦਾ ਡਿੱਠਾ ਹੀ, ਮੇਰਾ ਆਵਾਜ਼ ਬਾਬੇ ਅਲੀ ਦਾ ਆਵਾਜ਼ ਅੱਬਾਸ ਵਿਰਾਹ ਦਾ ਆਵਾਜ਼ ਹੈ ਕਿ ਤੇਰੀ ਜਵਾਨੀ ਸਲਾਮਤ ਰਹੇ। ਅੰਮਾ ਪਾਰਾ ਮੈਂ ਦੇਸਾ, ਫਿਜ਼ਾ ਦੀ ਮਾਂ ਮਰੀ ਤੂੰ ਕੋਈ ਪਾਰੇ ਦੇਵਣ ਦੇ ਡਾ ਦੀ ਹੈ, ਤੂੰ ਅਲੀ ਜੈਸੇ ਸੁਲਤਾਨ ਦੀ ਧੀ ਹੈ, ਤੂੰ ਮਸੱਲੇ ਤਾਈਂ ਵੱਜੀਆਂ ਤੈਨੂੰ ਬਾਨੀਆਂ ਪਕੜ ਕੇ ਲਾਏ ਵੈਂਦੀਆਂ ਹਨ, ਲੋਕ ਹਯਾਤੀ ਹੋ ਵੀ ਹੌਸਲਾ ਤੇਰੀ ਜ਼ਿੰਦਗੀ ਦਰਾਜ਼ ਹੋਵੇ। ਅੰਮਾ ਤੂੰ ਮੈਨੂੰ ਅੱਜ ਪਾਰਾ ਦੇਂਦਾ ਵੇਖ। ਵਾਲਿਦ ਸਾਹਿਬ ਫਰਮਾਉਂਦੇ ਹਨ ਸੜੇ ਖਿਆਮ ਦੀ ਚੋਬ ਹੱਥ ਵਿੱਚ ਅਲੀ ਦੀ ਅਲੀ ਧੀ ਨੇ ਅਲ ਹਾਫਿਜ਼ ਦੀ ਹਕਲ ਮਾਰੀ ਹੈ, ਮਸਤੂਰ ਇੱਕ ਚੱਕਰ ਵੱਲੀ ਹੈ, ਦੂਆ ਚੱਕਰ ਵੱਲੀ ਹੈ, ਇਹ ਤ੍ਰੀਆ ਚੱਕਰ ਵੱਲਦੀ ਪਈ ਹੈ। ਫਿਜ਼ਾ ਦੀ ਅਲੀ ਦੀ ਧੀ ਉਜੜ ਗਈ ਹੈ, ਇਹ ਆਓ ਸਾਹਮਣੇ ਕੋਈ ਘੋੜੇ ਸਵਾਰ ਲੁੱਟਣ ਪਿਆ ਆਉਂਦਾ ਹੀ, ਜਿਹੜੇ ਜਵਾਨ ਆਏ ਬੈਠੇ ਹੋ। ਅਲੀ ਦੀ ਧੀ ਦੀ ਆਵਾਜ਼ ਦੀ ਮੰਗੋ ਸਵਾਰ ਨੂੰ ਰੋਕ, ਆਖ ਬੀਬੀ ਵੇਦੀ ਮੇਰੇ ਕੋਲ ਕਾਇਸ਼ਾ ਨਹੀਂ ਬਚ ਗਈ, ਮੈਂ ਉਜੜ ਗਈ ਹਾਂ, ਮੈਂ ਲੁੱਟੀ ਗਈ ਹਾਂ, ਮੈਨੂੰ ਮੁਸਲਮਾਨ ਨਾਲ ਲੁੱਟ ਲਿਆ ਹੈ। ਬਾਈ ਕਿਆ ਬਾਤ ਹੈ ਤੁਹਾਡੀ, ਇਹ ਤਾਂ ਬੱਚੇ ਹੀ ਰੋ ਪਏ ਨੇ। ਤਰਾਇਆ ਹਕਲਾ ਮਾਰੀਆਂ ਮਲਕਾ ਜ਼ੰਜਵਾਰ ਨੇ, ਨਾ ਸਵਾਰ ਰੁਕਿਆ ਹੈ ਨਾ ਬੋਲਿਆ ਹੈ, ਹਾਲ ਹੈ ਅੱਲਾ ਅੱਲਾ ਜਾਣਦਾ ਹੈ। ਰੋਕਿਆ ਦੀ ਬੀਬੀ ਨਾ ਰੁਕਦਾ ਹੈ ਨਾ ਬੋਲਿੰਦਾ ਹੈ, ਜ਼ੈਨਬਾ ਦੀ ਹੱਕ ਮੈਂ ਆਪ ਰੁਕੇ ਨਹੀਂ ਆ, ਤੇਰੀ ਹਯਾਤੀ ਹੋਇਆ ਹਾਇ ਕਿਰਣ ਵਾਲਾ। ਅਕਲ ਮਾਰ ਗਿਆ ਦੀਏ ਰੁਕਵਾਂ ਮੈਲੀ ਦੀਦੀਆ, ਕੋਈ ਜਵਾਬ ਨਹੀਂ ਆਇਆ, ਤੂੰ ਅਕਲ ਮਾਰ ਗਿਆ ਦੀਏ ਰੁਕਣਾ ਜਾਂ ਮੈਂ ਸੱਡਾਂ ਅੱਬਾਸ ਨੂੰ। ਤੁਹਾਡੀ ਹਯਾਤੀ ਹੋਵੇ, ਅੱਲਾ ਜਾਣਦਾ ਹੈ, ਕੋਈ ਜਵਾਬ ਨਹੀਂ ਆਇਆ, ਸਵਾਰ ਦੀ ਢਾਹ ਨਿਕਲ ਗਈ ਏ। ਆਦਾ ਬੀਬੀ ਮੈਨੂੰ ਆਪਣਾ ਮੁਕੰਮਲ ਤਾਰਫ ਕਰਾ, ਕਹਿੰਦੀ ਧੀਆਂ ਦੀਏ ਮੈਂ ਅਲੀ ਬਾਦਸ਼ਾਹ ਦੀ ਧੀਆਂ। ਹਯਾਤੀ ਹੋਵੀ ਰੋ ਗਿਆ ਦਾ ਭੈਣ ਕਹਿੰਦੀ ਏ, ਰੋ ਗਿਆ ਦੀ ਮੈਂ ਹਸਨ ਦੀ ਭੈਣ, ਮੈਂ ਹੁਸੈਨ ਦੀ ਭੈਣ, ਮੈਂ ਅਲਮਾਲੇ ਅੱਬਾਸ ਦੀ ਭੈਣ। ਉਹ ਜਵਾਨੋ ਸਵਾਰ ਦਾ ਮੱਥਾ ਜ਼ੀਨ ਚਾ ਲੱਗੇ, ਆਦੇ ਨਾਰਾਜ਼ ਨੋਵੇਂ ਮੈਨੂੰ ਦੱਸ ਤੂੰ ਮਾਂ ਕਹਿੰਦੀ ਏ, ਹਾਏ ਹਾਏ ਰੋ ਗਿਆ ਦੀ ਮੈਂ ਆਉਣ ਦੀ ਮਾਂ ਹਾਂ, ਮੈਂ ਮੁਹੰਮਦ ਦੀ ਮਾਂ ਹਾਂ, ਮੈਂ ਸੋਹਣੇ ਅਕਬਰ ਦੀ ਮਾਂ ਹਾਂ, ਯਾਰ ਅਕਬਰ ਦਾ ਨਾਮ ਆਇਆ, ਸਵਾਰ ਨੇ ਚਿਹਰੇ ਤੂੰ ਨੁਕਾ ਬਟਾਇਆ ਹੈ, ਜ਼ੈਨਾ ਵੇਖੇ ਸਾਹਮਣੇ ਬਾਬਾ ਅਲੀ ਆਈ, ਬਾਗ ਛੁੱਟ ਗਈ ਇੱਕ ਇੱਕ ਬੀਬੀ ਕੋਲ ਆਈ, ਆਦੀਏ ਕੈ ਕੋਲ ਕਾਈ ਬੱਚੀ ਹੋਈ ਚਾਦਰ ਹੋਵੇ, ਮੈਨੂੰ ਚਾਦਰ ਦਿਓ ਮੈਨੂੰ ਪੇਕੇ ਮਿਲੇ ਨਾ ਏ। ਤੁਹਾਡੀਆਂ ਹਯਾਤੀਆਂ ਜੀ ਨੌਕਰ ਜੀ ਨੌਕਰ ਖਤਮ ਹੋ ਗਈ, ਪੜ੍ਹਾਈ ਸਾਰੀਆਂ ਹੌਸਲਾ ਮੇਰਾ ਬੇਟਾ, ਸਾਰੀਆਂ ਬੀਬੀਆਂ ਆਈਆਂ, ਇੱਕ ਇੱਕ ਬੀਬੀ ਅਲੀ ਨੂੰ ਪਰਚਾਇਆ ਏ, ਹਯਾਤੀ ਵੀ ਹੈ ਕਿਰਨ ਵਾਲਾ। ਅਫਸੋਸ ਕੀਤੇ ਸੈਯਦਾ ਦੇ ਜ਼ੈਨਬ ਦੀ ਪੁੱਤਰਾਂ ਦੇ ਵੱਡੇ ਅਰਮਾਨ, ਜੀਆ ਬਾਬਾ ਕਲਸੂਮ ਮੇਰੀ ਧੀ ਤੇਰੇ ਭਰਾ ਹੁਸੈਨ ਦੇ ਵੱਡੇ ਅਰਮਾਨ,
ختم ہو گئی پڑھائی جی. آ بابا رکیہ میری دھی تو ہر تو پہلے اجڑیئے تیرے پتران دے ارمان تیرے وارث دے ارمان تیرے المالے بھرا غازی دے وڈے ارمان لیلان ودے تیرے سونے اکبر دے ارمان حیاتی ہوئی فروان ودے تیرے سیریاں لے قاسم نو اربار علی ارمان پہ کریں دے آئین علی نکاند دے پچھوے کروان دی آواز آئیے علی بھائیں کیڑی ٹیک بی بی ہے دیری دو چھوٹے چھوٹے چولے چائی کھلیے آدھی زمانے دا میر میں پچھے نائیاں میرا تا بولی نائی بول سکدا میرے اصغر دا کیڑا جرما آدھی